ਪਹਿਲਾਂ ਕਾਰ ਸਾਡੀ ਇੱਥੇ ਖੜੀ ਹੁੰਦੀ ਸੀਗੀ, ਹੁਣ ਟਾਈਮ ਜਿੱਦਾਂ 9 ਵਜੇ ਕਰ ਦਿੱਤਾ ਆ, ਹੁਣ ਲਾਸਟ ਦੇ ਵਿੱਚ ਖੜੀ ਹੁੰਦੀ ਆ। ਹੁਣੀ ਕੰਮ ਫਿਨਿਸ਼ ਕੀਤਾ ਹੀ ਆ, ਹੁਣੀ ਜਸ ਨਿਕਲੇ ਹੀ ਆ। ਪਹਿਲਾਂ ਇਹਦੇ ਸਾਹਮਣੇ ਗੱਡੀ ਖੜੀ ਹੁੰਦੀ ਸੀਗੀ ਆਪਣੇ ਫੈਕਟਰੀ ਦੇ ਸਾਹਮਣੇ। ਹਾਂਜੀ ਸਾਡੇ ਤਾਂ ਹੁਣ ਗਰਮੀ ਬਹੁਤ ਹੋ ਗਈ। ਹਾਂ ਇਹ ਤਾਂ ਹੈ, ਗਰਮੀ ਇੰਡੀਆ ਵਾਲਿਆਂ ਦੇ ਹੁਣ ਨਜ਼ਾਰੇ, ਹੁਣ ਉੱਥੇ ਠੰਡ ਆਉਣ ਲੱਗ ਗਿਆ ਨਹੀਂ, ਬਟ ਸਾਡੇ ਹੁਣ ਗਰਮੀ ਸਟਾਰਟ ਹੋ ਗਈ। ਸਹੀ ਗੱਲ ਆ। ਵੈਸੇ ਇੱਥੇ ਗਰਮੀ ਓਨੀ ਨਹੀਂ ਹੁੰਦੀ, ਬਟ ਜਿੱਦਾਂ ਕੰਮ ਸਾਡਾ ਲਾਂਡਰੀ ਦਾ ਤੇ ਅੰਦਰ ਸਟੀਮ ਦਾ ਕਰਕੇ ਜ਼ਿਆਦਾ ਫੀਲ ਹੁੰਦੀ ਆ, ਉਦਾਂ ਘਰ ਵਿੱਚ ਜਾਂ ਇੱਧਰ ਬਾਹਰ ਹੋਈਏ ਤਾਂ ਫੇਰ ਠੀਕ ਰਹਿੰਦਾ, ਬਟ ਕੰਮ ਤੇ ਬਹੁਤ ਹੁੰਦੀ ਆ। ਹੁਣ ਤੁਰ ਕੇ ਜਾਣਾ, ਉਹਦੇ ਤਾਂ ਕੰਮ ਤੇ ਰਹਿਣਾ ਹੁੰਦਾ, ਇਸ ਕਰਕੇ ਗਰਮੀ ਲੱਗਦੀ। ਉਦਾਂ ਦਾ ਕਲਾਉਡੀ ਜਿਹਾ ਅੱਜ ਵੈਦਰ ਆ, ਠੀਕ ਆ, ਬਾਹਰ ਠੀਕ ਹੁੰਦਾ ਹਮੇਸ਼ਾ। ਮੈਕਸਿਮਮ ਟੈਂਪਰੇਚਰ ਕਿੰਨਾ ਚੱਲ ਜਾਂਦਾ ਭਲਾ ਇੱਥੇ? ਮੈਂ ਤਾਂ 30 ਤੱਕ ਦੇਖਿਆ, 30 32 ਮੰਨ ਲਓ, ਹਨਾ 32 ਰਹਿੰਦੇ ਆ, ਬਟ ਲਾਂਡਰੀ ਦੇ ਅੰਦਰ ਹੁੰਦਾ ਉਹ 5-6 ਜਾਂ ਇਦਾਂ ਜ਼ਿਆਦਾ ਹੀ 7-8 ਡਿਗਰੀ ਵੱਧ ਹੁੰਦਾ, ਕਿਉਂਕਿ ਸਾਰਾ ਸਟੀਮ ਨਾਲ ਕੰਮ ਹੁੰਦਾ ਹੈ ਨਾ, ਉਹ ਸਟੀਮਰ ਲੱਗੇ ਆ, ਇੱਧਰ ਵੀ ਆ ਸਟੀਮਰ ਜਿਹਾ ਲੱਗਾ, ਇਹਦੇ ਨਾਲ ਜ਼ਿਆਦਾ ਹੁੰਦਾ ਆ, ਫੇਰ ਅੰਦਰ ਹੀਟ ਬਹੁਤ ਹੁੰਦੀ ਆ। ਤੇ ਜਿਹਨਾਂ ਨੇ ਬਾਹਰ ਬਹਿਣਾ ਹੁੰਦਾ ਉਦਾਂ ਬ੍ਰੇਕਫਾਸਟ ਲੰਚ ਵਾਸਤੇ ਉਹ ਬਾਹਰ ਵੀ ਬਹਿ ਜਾਂਦੇ ਆ, ਸਮੋਕਿੰਗ ਜ਼ਿਆਦਾ ਕਰ ਜਿਹੜੇ ਕਰਦੇ ਆ ਉਹ ਬਾਹਰ ਹੀ ਪੈਂਦੇ ਆ, ਅਸੀਂ ਤਾਂ ਉੱਪਰ ਆਫਿਸ 'ਚ ਜਾਈਦਾ ਆ। ਆਹ ਕਾਰ ਮੈਟ ਦੀ ਆ, ਪਰਾਡੋ ਪੁਰਾਣੀ, ਪਹਿਲਾਂ ਇਹਦੇ ਕੋਈ ਯੂਟ ਹੁੰਦਾ ਸੀਗਾ ਜਿਹਨੂੰ ਪਿੱਕਾ ਕਹਿ ਦਿੰਦੇ ਆ, ਇੱਥੇ ਯੂਟ ਕਹਿੰਦੇ ਆ। ਇਹ ਕਾਰ ਇੱਥੇ ਵੀ ਉੱਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਇੰਡੀਅਨ ਹੁੰਦੀਆਂ, ਉਹ ਏਸੈਂਟ ਆ, ਉਹ ਨਵੀਂ ਏਸੈਂਟ ਆ। ਸਾਡੇ ਤਾਂ ਜਿਹੜੀ ਇੰਡੀਆ 'ਚ ਮੈਂ ਦੇਖੀ ਆ ਉਹ ਸੈਡਾਨ ਹੁੰਦੀ ਆ, ਬਟ ਇੱਥੇ ਹੁਣ ਵੀ ਏਸੈਂਟ ਹੁੰਦੀ ਆ, ਉਹ ਮਿਤਸੁਬਿਸ਼ੀ ਦੀ ਆ, ਅਤੇ ਆਹ ਮਾਜ਼ਦਾ ਦੀ ਆ, ਇੱਥੇ ਮਾਜ਼ਦਾ ਵੀ ਬਹੁਤ ਚੱਲਦੀ ਆ, ਟੋਇਟਾ ਯਾਰੀਸ ਆ, ਐਂਡ ਉਹ i30 ਆ, ਆਪਣੇ i30 ਆਈ ਨਹੀਂ, ਉਹ ਇੱਕ ਹੋਰ ਗਈ i30 ਆ। ਉਹ ਹੋਂਡਾ ਜੈਜ਼ ਆ, ਉਹ ਵੀ i30 ਅੱਗੇ ਜਿਹੜੀ ਆ, ਉਹ ਵੀ i30 ਖੜੀ ਆ, ਉਹ ਵਾਲੀ i30 ਇਹ ਵੀ ਸਾਡੇ ਹੀ ਕੰਮ ਕਰਦਾ ਆ। ਉਹ ਜਿਹੜਾ ਓਡੀ ਵਾਲਾ ਉਹ ਤਾਂ ਅੱਜ ਚੱਲ ਗਿਆ, ਸਾਡੇ ਤੋਂ ਪਹਿਲੇ ਨਿਕਲ ਗਿਆ ਸੀ। ਉਹ ਜਿਹੜੀ ਆ ਹੁਇੰਡਾਈ ਦੀ ਗੈਟਸ ਆ, ਕਾਫੀ ਚੱਲਦੀ ਹੈ, ਇਹ ਵੀ ਸਟੂਡੈਂਟ ਵਗੈਰਾ ਕਾਫੀ ਲੈਂਦੇ ਆ, ਛੋਟੀ ਕਾਰ ਦੇ ਵਿੱਚ ਇਹ ਚੱਲਦੀ ਆ, ਜ਼ਿਆਦਾ ਇੱਦਾਂ ਦੇ ਯੂਟੀ ਵੀ ਬਹੁਤ ਚੱਲਦੇ ਹੁੰਦੇ ਆ। ਸਾਡੀ ਗੱਡੀ ਉਹ ਲਾਸਟ 'ਚ ਪਾ ਕੇ ਆ, ਇਸ ਕਰਕੇ ਬਣਾਉਂਦੇ ਹੀ ਤੁਰੇ ਹੋ ਆ, ਅੱਜ ਤੁਹਾਨੂੰ ਗੱਡੀਆਂ ਦਿਖਾਉਣੀਆਂ। ਅਤੇ ਜੇ ਸਟੂਡੈਂਟਸ ਨੇ ਕਾਰ ਜੇ ਲੈਣੀ ਹੋਵੇ ਤਾਂ ਮੇਰੇ ਹਿਸਾਬ ਨਾਲ ਟੋਇਟਾ ਦੀ ਗੱਡੀ ਬਹੁਤ ਵਧੀਆ ਰਹਿੰਦੀ ਆ, ਹੋਂਡਾ ਦੀ ਵੀ ਗੱਡੀ ਵਧੀਆ ਰਹਿੰਦੀ ਆ, ਬਟ ਥੋੜ੍ਹੀ ਜਿਹੀ ਸਰਵਿਸ ਮਹਿੰਗੀ ਆ ਜਿਹੜੀ ਸਾਡੇ ਕੋਲ। ਆਹ ਮਸਟੈਂਗ ਆ, ਇਹ ਲੇਡੀ ਦੀ ਆ, ਉਹ ਵੀ ਇੱਥੇ ਲਾਗੇ ਕੰਮ ਕਰਦੀ ਆ, ਬਟ ਉਹਦੇ ਕੋਲ 2 ਕਾਰਾਂ ਆ, ਉਹ ਇੱਥੇ ਪਾਰਕ ਕਰਕੇ ਜਾਂਦੀ ਆ, ਇੱਕ ਕਨਵਰਟੇਬਲ ਆ, ਇੱਕ ਦੂਸਰੀ ਆ ਸਿੰਪਲ ਵਾਲੀ। ਅਤੇ ਸਵਿਫਟ ਵੀ ਇੱਥੇ ਮਿਲ ਜਾਂਦੀ, i20 ਵੀ ਮਿਲ ਜਾਂਦੀ ਆ, ਹੋਰ ਇੰਡੀਅਨ ਕਾਰ ਕਿਹੜੀ ਕਿਹੜੀ ਮਿਲ ਜਾਂਦੀ, ਆਲਟੋ ਵੀ ਮਿਲ ਜਾਂਦੀ ਆ, ਆਲਟੋ ਬਟ ਉਹ ਵਾਲੀ ਹੁੰਦੀ ਆ ਜਿਹੜੀ ਏ ਸਟਾਰ ਇੰਡੀਆ 'ਚ ਸੀਗੀ ਨਾ, ਉਹਨੂੰ ਆਲਟੋ ਇੱਥੇ ਕਹਿੰਦੇ ਆ। ਅਤੇ ਉਹ ਆਊਟਲੈਂਡਰ ਖੜੀ ਆ, ਹਾਂ ਇੱਥੇ ਫੈਂਸੀ ਨੰਬਰ ਪਲੇਟਸ ਕਸਟਮਾਈਜ਼ ਜਿਹੜੀਆਂ ਬਹੁਤ ਲੈਂਦੇ ਆ। ਆਹ ਹੀ ਸਟੂਡੈਂਟਸ ਵਾਸਤੇ ਜਿਹੜੀਆਂ ਕਾਰਾਂ ਬੈਸਟ ਰਹਿੰਦੀਆਂ, ਆਹ ਟੋਇਟਾ ਦੀ ਆ ਕਰੋਲਾ, ਉਹ ਪਿੱਛੇ ਆ ਮਾਜ਼ਦਾ 2 ਔਰ 3, ਆਈ ਡੋਨੋ ਕਿਹੜੀ ਆ। ਇਹ ਸਾਰੀਆਂ ਕਾਰਾਂ ਜਿਹੜੀਆਂ ਲਾਈਨ ਵਾਈਜ਼ ਖੜੀਆਂ, ਸਾਰੀਆਂ ਸਟੂਡੈਂਟਸ ਲਈ ਵਧੀਆ ਆ, ਮਤਲਬ ਕਿ ਰਿਲਾਈਬਲ ਕਾਰਾਂ ਆ। ਆਹ ਮਾਜ਼ਦਾ, ਇਹ ਤਾਂ ਥੋੜ੍ਹਾ ਉੱਪਰਲਾ ਮਾਡਲ ਆ, ਥੋੜ੍ਹਾ ਜਿਹਾ ਮਹਿੰਗਾ ਹੁੰਦਾ ਆ। ਇੱਕ ਉਹ ਕਰੋਲਾ ਖੜੀ ਆ, ਇੱਕ ਉਹ ਉੱਧਰ, ਉਹ ਵੀ ਲੇਡੀ ਸਾਡੇ ਨਾਲ ਹੀ ਕੰਮ ਕਰਦੀ ਆ ਜਿਹਦੀ ਉਹ ਗੱਡੀ ਖੜੀ ਆ, ਮਾਜ਼ਦਾ ਸਾਡੀ ਵਾਲੀ ਆ ਇੱਥੇ ਖੜੀ ਆ ਸਿਵਿਕ। ਹੁਣ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਵੀ ਕਾਰ ਡਰਾਈਵਿੰਗ ਸਿੱਖਾਂ ਅਤੇ ਡਰਾਈਵ ਕਰਨੀ, ਅਤੇ ਮੇਰੇ ਕੋਲ ਇੰਡੀਅਨ ਲਾਈਸੈਂਸ ਨਹੀਂ ਹੈਗਾ, ਅਤੇ ਇਸ ਲਈ ਹੁਣ ਮੈਨੂੰ ਇੱਥੋਂ ਐਲ ਤੋਂ ਸਟਾਰਟ ਕਰਨਾ ਪੈਣਾ, ਜਿਹੜਾ ਲਰਨਿੰਗ ਪਹਿਲਾਂ ਲੈਣਾ ਪੈਂਦਾ ਆ, ਅਤੇ ਉਹਦੇ ਵਾਸਤੇ ਹੁਣ ਮੈਂ ਰਿਟਨ ਦੀ ਪ੍ਰੈਕਟਿਸ ਕਰ ਰਹੀ ਹਾਂ। ਮੇ ਬੀ ਦਿਸ ਵੀਕ ਮੈਂ ਰਿਟਨ ਦੇ ਆਉਣਾ ਆ, ਅਤੇ ਉਸ ਤੋਂ ਬਾਅਦ ਮੈਨੂੰ ਐਲ ਮਿਲ ਜਾਣਾ ਆ, ਫਿਰ ਉਹ ਮੈਨੂੰ 1 ਸਾਲ ਵਾਸਤੇ ਰੱਖਣਾ ਪੈਣਾ, ਅਤੇ ਉਹਦੇ ਵਿੱਚ ਕੁਝ ਆਵਰਸ ਕੰਪਲੀਟ ਕਰਨੇ ਹੁੰਦੇ ਆ, 100 ਆਵਰਸ ਕੰਪਲੀਟ ਕਰਨੇ ਹੁੰਦੇ ਆ, ਇੱਧਰੋਂ ਐਲ ਤੋਂ ਬੀ ਤੋਂ ਬੜਾ ਟਾਈਮ ਜਿਹਾ ਲੱਗਦਾ, ਬਟ ਜੇਕਰ ਕਿਸੇ ਕੋਲ ਇੰਡੀਅਨ ਹੋਵੇ ਤਾਂ ਉਹਦਾ ਕਾਫੀ ਫਾਇਦਾ ਰਹਿੰਦਾ ਆ। ਕਿਸੇ ਕੋਲ ਇੰਡੀਅਨ ਲਾਈਸੈਂਸ ਹੋਵੇ ਨਾ ਜਿੱਦਾਂ ਕਾਰ ਵਾਲਾ ਹੋਵੇ ਤਾਂ ਉਹ ਈਜ਼ੀਲੀ ਡਾਇਰੈਕਟ ਓਪਨ ਬਣ ਜਾਂਦਾ ਉਹਦੇ ਲਈ। ਮੈਂ ਹੁਣ ਪਛਤਾ ਰਹੀ ਕਿ ਮੈਂ ਆਉਣ ਲੱਗੀ ਕਿਉਂ ਨਹੀਂ ਬਣਾ ਕੇ ਆਈ, ਬਟ ਹਰਪ੍ਰੀਤ ਵੀ ਨਹੀਂ ਸਟਾਰਟ ਹੁੰਦੀ, ਜੇ ਹੁੰਦੀ ਤਾਂ ਆਪਾਂ ਜਾ ਕੇ ਬਣਾ ਲੈਣਾ। ਤੁਸੀਂ ਜਦੋਂ ਆਏ ਸੀਗੇ ਸਿਰਫ 19 ਇਅਰਸ ਦੇ ਹੀ ਨਾ, ਤਾਂ ਕਰਕੇ ਫਿਰ 19 ਨਹੀਂ ਬਣਦੇ, ਮਤਲਬ ਕਿ ਉਦੋਂ ਨਹੀਂ ਸੀਗਾ ਇੰਨਾ, ਜੇ ਜਸਟ ਸੀਗਾ ਨਹੀਂ ਕਿ ਹਾਂ ਸਾਨੂੰ ਜਾ ਕੇ ਇਦਾਂ ਹੋਊਗਾ, ਬਟ ਪ੍ਰੋਬਲਮ ਆ ਫਿਰ ਬਾਅਦ ਵਿੱਚ। ਇਹ ਆਪਾਂ ਕਹਿੰਨੇ ਕਿ ਜਿਹੜੇ ਸਟੂਡੈਂਟ ਆ ਮਤਲਬ ਆਪਣਾ ਇਥੋਂ ਬਣਾ ਕੇ ਲਿਆਓ ਕਿ ਇਧਰੋਂ ਈਜ਼ੀ ਹੋ ਜਾਊਗਾ, ਹੁਣ ਮੈਨੂੰ 3-4 ਇਅਰ ਲੱਗ ਜਾਣੇ ਓਪਨ ਲੈਂਦੇ ਲੈਂਦੇ, ਤੇ ਚਲੋ ਕੋਈ ਨਾ। ਫਿਰ ਇਹ ਵੀ ਹੋ ਜਾਂਦਾ ਨਾ ਜਿੱਦਾਂ 3-4 ਇਅਰਸ ਲੱਗਦੇ ਆ ਪੀ ਏ ਮਤਲਬ ਲਰਨਿੰਗ ਤੋਂ ਲੈ ਕੇ ਉਹਦੇ ਤੱਕ, ਫਿਰ ਅਸੀਂ ਉਬਰ ਈਟਸ ਵੀ ਪੀ ਵਗੈਰਾ ਤੇ ਨਹੀਂ ਕਰ ਸਕਦੇ ਆ, ਕੁਛ ਕੁਛ ਹੈਗੇ ਆ ਜਿੱਦਾਂ ਡੋਰ ਡੈਸ਼ ਵਗੈਰਾ ਉਹ ਮੇ ਬੀ ਕਰ ਸਕਦੇ ਆ ਅਸੀਂ ਪੀ ਨੰਬਰ ਪਲੇਟ ਤੇ, ਬਟ ਅਸੀਂ ਉਬਰ ਈਟਸ ਨਹੀਂ ਕਰ ਸਕਦੇ, ਐਲ ਦੇ ਵਿੱਚ ਤਾਂ ਆਪਾਂ ਇਕੱਲੇ ਨਹੀਂ ਚਲਾ ਸਕਦੇ, ਉਹ ਵੀ 1 ਸਾਲ ਵਾਸਤੇ ਸਾਨੂੰ ਹਾਂ ਕਿਸੇ ਦੇ ਨਾਲ ਹੀ ਚਲਾਉਣਾ ਪਿਆ।
ਤੇ ਹੁਣ ਮੈਂ ਆਪ ਇੱਕ ਟੈਸਟ ਦੇ ਕੇ ਆਉਣਾ ਫਿਰ ਤੁਹਾਨੂੰ ਦੱਸੂਗੀ ਕਿਦਾਂ ਹਾਂ ਰਿਟਨ ਟੈਸਟ ਦੇਣਾ ਇਸੇ ਵੀਕ ਦੇਖਦੇ ਆ ਫਿਰ ਮੈਨੂੰ ਐਲ ਮਿਲ ਜੂਗਾ 2-4 ਵੀਕ ਚ ਤੇ ਫਿਰ ਮੈਂ ਸਿੱਖਣੀ ਸਟਾਰਟ ਕਰ ਦਾਂਗੀ ਰਿਟਨ ਦਾ ਅਸੀਂ ਆਨਲਾਈਨ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ ਨਾ ਜਿਹੜੇ ਜਿਹੜੇ ਸਟੇਟ ਚ ਅਸੀਂ ਗੂਗਲ ਤੇ ਸਰਚ ਕਰ ਲਓ ਕਿ ਰੋਡ ਰੂਲ ਕੁਈਨਸਲੈਂਡ ਦੇ ਪ੍ਰੈਕਟਿਸ ਤੇ ਉਹ ਪੂਰਾ ਆ ਜਾਂਦਾ 30 ਕੁਐਸਚਨ ਹੁੰਦੇ ਆ ਸੇਮ ਉਹੀ ਕੁਐਸਚਨ ਹੁੰਦੇ ਇਹਨਾਂ ਨੇ ਵੀ ਦਿੱਤਾ ਸੀ ਉਹੀ ਪ੍ਰੈਕਟਿਸ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਹੈ ਕਿ ਕਿੰਨੇ ਟਾਈਮ ਦੇ ਵਿੱਚ ਕਰਨਾ ਇਹ ਵੀ ਨਹੀਂ ਹੁੰਦਾ ਕਿ ਇੱਕ ਵਾਰੀ ਪਾਸ ਨਹੀਂ ਹੋਏ ਤਾਂ ਅਸੀਂ ਦੁਬਾਰਾ ਨਹੀਂ ਦੇ ਸਕਦੇ ਡੇਲੀ ਇੱਕ ਟੈਸਟ ਆਪਾਂ ਦੇ ਆਪਾਂ ਡੇਲੀ ਇੱਕ ਟੈਸਟ ਦੇ ਸਕਦੇ ਉਹਨਾਂ ਨੂੰ ਤਾਂ ਬਸ ਫੀਸ ਹੀ ਜਾਣੀ ਵਨ ਵੀਕ ਅਸੀਂ ਪ੍ਰੈਕਟਿਸ ਕਰ ਲਈ ਤਾਂ ਅਸੀਂ ਕਰ ਸਕਦੇ ਹਾਂ ਮੈਂ ਕਾਫੀ ਟਾਈਮ ਤੋਂ ਕਰ ਰਹੀ ਹਾਂ ਹੁਣ ਮੇਰੇ ਪੂਰੇ 30 ਆਊਟ ਆਫ 30 ਹੀ ਸਹੀ ਹੁੰਦੇ ਆ ਤੇ ਹੁਣ ਮੈਂ ਸੋਚ ਰਹੀ ਕਿ ਮੈਂ ਇੱਕ ਦੋ ਦਿਨਾਂ ਚ ਟੈਸਟ ਦੇ ਦੇਣਾ ਹਾਂ ਜੀ ਅਸੀਂ ਸਟੂਡੈਂਟ ਵਾਸਤੇ ਕਾਰ ਰਿਲਾਈਬਲ ਜੀ ਦੀ ਗੱਲ ਕਰੀਏ ਤਾਂ ਟੋਇਟਾ ਦੀਆਂ ਕਾਰਸ ਬੈਸਟ ਰਹਿੰਦੀਆਂ ਆ ਉਹਦੇ ਵਿੱਚ ਈਕੋ ਆ ਜਾਂਦੀ ਆ ਈਕੋ ਇਹ ਆ ਕਿ ਛੋਟਾ ਇੰਜਨ ਹੁੰਦਾ ਆ ਫਿਰ ਆ ਜਾਂਦੀ ਕਰੋਲਾ ਆ ਜਾਂਦੀ ਆ ਟੋਇਟਾ ਕੈਮਰੀ ਆ ਜਾਂਦੀ ਆ ਤੇ ਅਸੀਂ ਫਿਰ ਅਸੀਂ ਦੂਸਰੀ ਗੱਲ ਕਰੀਏ ਹੁੰਡਾਈ ਦੀ ਗੈਟਸ ਬਹੁਤ ਚੱਲਦੀ ਆ ਹੁੰਡਾਈ ਦੀਆਂ ਹੋਰ ਵੀ ਕਾਰਸ ਬਹੁਤ ਚੱਲਦੀਆਂ i20 ਵੀ ਸਾਨੂੰ ਮਿਲ ਜਾਂਦੀ ਜਿਹੜੀ ਇੰਡੀਆ 'ਚ ਹੁੰਦੀ ਸੇਮ ਉਹਦੇ ਨਾਲ ਦੀ ਮਿਲ ਜਾਂਦੀ ਆ i30 ਵਧੀਆ ਆ i40 ਮਿਲ ਜਾਂਦੀ i45 ਮਿਲ ਜਾਂਦੀ ਆ ਬਟ ਇਹ ਥੋੜ੍ਹੀਆਂ ਜਿਹੀਆਂ ਕੋਸਟਲੀ ਹੋ ਜਾਂਦੀਆਂ ਅਤੇ ਮਾਰੂਤੀ ਦੀਆਂ ਜੇ ਕੋਈ ਸ਼ੌਂਕ ਹੈਗਾ ਕਈਆਂ ਨੂੰ ਕਿ ਮਾਰੂਤੀ ਚਲਾਉਣੀ ਆ ਸਪੇਅਰ ਉਹ ਰਿਲਾਈਬਲ ਕਾਰ ਹੁੰਦੀ ਆ ਫਿਊਲ ਉਹਦੀ ਐਫੀਸ਼ੈਂਸੀ ਕਾਫੀ ਜ਼ਿਆਦਾ ਹੁੰਦੀ ਆ ਤਾਂ ਉਹਦੀ ਮਾਈਲੇਜ ਵੀ ਚੰਗੀ ਆ ਇੱਥੇ ਵੀ ਮਾਈਲੇਜ ਉਹਦੀ ਵਧੀਆ ਆ ਬਟ ਉਹ ਥੋੜ੍ਹੀ ਜਿਹੀ ਮਹਿੰਗੀ ਮਿਲਦੀ ਆ ਪੁਰਾਣੇ ਮਾਡਲ 'ਚ ਤੁਹਾਨੂੰ ਸਸਤੀ ਮਿਲ ਜਾਣੀ ਆ ਅਤੇ ਉੱਦਾਂ ਉਹ ਮਹਿੰਗੀ ਆ ਇੱਥੇ ਹੋਰ ਕਾਰਸ ਦੀ ਜੇ ਗੱਲ ਕਰੀਏ ਮਾਜ਼ਦਾ ਕੰਪਨੀ ਆ ਉਹ ਬਟ ਇੰਡੀਆ 'ਚ ਤਾਂ ਹੈ ਨਹੀਂ ਉਹ ਬਟ ਵਧੀਆ ਚੱਲ ਜਾਂਦੀਆਂ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦਿਖਾਈਆਂ ਮਾਜ਼ਦਾ ਦੀਆਂ ਵਧੀਆ ਕਾਰਾਂ ਹੁੰਦੀਆਂ ਰਿਲਾਈਬਲ ਹੁੰਦੀਆਂ ਆ ਤਾਂ ਈਜ਼ੀਲੀ ਮਿਲ ਜਾਂਦੀਆਂ ਫਿਰ ਹੋਂਡਾ ਵੀ ਸਹੀ ਆ ਬਟ ਇਹਦਾ ਰਿਪੇਅਰ ਸਪੇਅਰ ਥੋੜ੍ਹਾ ਜਿਹਾ ਸਰਵਿਸ ਵਗੈਰਾ ਮਹਿੰਗੀ ਆ ਇਹਦੀ ਥੋੜ੍ਹਾ ਜਿਹਾ ਤੇ ਬਟ ਫਿਊਲ ਕੰਜ਼ਮਪਸ਼ਨ ਤਾਂ ਬਿਲਕੁਲ ਘੱਟ ਆ ਉਹਦੀ ਵਧੀਆ ਆ ਬਾਕੀ ਜੇ ਗੱਲ ਕਰੀਏ ਫੋਰਡ ਦੀਆਂ ਕਾਰਾਂ ਦੀ ਜਿਹੜੀ ਇੰਡੀਆ ਦੇ ਵਿੱਚ ਫੋਰਡ ਫਿਗੋ ਹੁੰਦੀ ਆ ਉਹ ਉਹਦੇ ਨਾਲ ਦੀ ਸੇਮ ਇੱਥੇ ਫੋਰਡ ਦੀ ਫੀਸਟਾ ਮਿਲ ਜਾਂਦੀ ਆ ਤੇ ਫੋਰਡ ਦੀਆਂ ਫੋਕਸ ਵੀ ਹੈਗੀ ਆ ਹੋਰ ਵੀ ਹੈਗੀਆਂ ਆ ਉਹ ਵੀ ਠੀਕ ਆ ਰਿਲਾਈਬਲ ਆ ਬਟ ਜਿੱਦਾਂ ਸਟੂਡੈਂਟਸ ਨੇ ਲੈਣੀ ਹੁੰਦੀ ਆ ਥੋੜ੍ਹੀ ਸਿੰਪਲ ਕਾਰ ਸਟਾਰਟਿੰਗ ਦੇ ਵਿੱਚ ਤਾਂ ਕੈਮਰੀ ਟੋਇਟਾ ਠੀਕ ਆ ਟੋਇਟਾ ਵਗੈਰਾ ਹਾਂ ਇਹ ਘੱਟ ਪ੍ਰਾਈਸ ਤੇ ਵਧੀਆ ਕੰਡੀਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਆਹੀ ਕਾਰਸ ਵਗੈਰਾ ਦਾ ਦੱਸਣਾ ਸੀਗਾ ਬਟ ਜੇ ਟਾਈਮ ਮਿਲਿਆ ਤਾਂ ਆਪਾਂ ਪੂਰਾ ਡਿਟੇਲ ਦੇ ਵਿੱਚ ਵੀ ਬਣਾਵਾਂਗੇ ਅੱਜ ਤਾਂ ਬਸ ਕੰਮ ਫਿਨਿਸ਼ ਕੀਤਾ ਸੀ ਸੋਚਿਆ ਚਲੋ ਦੱਸਦੇ ਹਾਂ ਕਾਰਾਂ ਇੱਥੇ ਕਾਫੀ ਹੁੰਦੀਆਂ ਆ ਤੇ ਡਿਟੇਲ 'ਚ ਦੱਸਾਂਗੇ ਕਿ ਸਟੂਡੈਂਟਸ ਦੇ ਲਈ ਕਿਹੜੀ ਬੈਸਟ ਰਹਿੰਦੀ ਆ ਕਿਹੜੀ ਰਿਲਾਈਬਲ ਆ ਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਆਹੀ ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ।